ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗਗਨਦੀਪ ਸਿੰਘ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ। ਅੱਜ ਦਾ ਟਿਊਟੋਰੀਅਲ ਹੈਗਾ ਆਖਰੀ ਲੜ 'ਤੇ। ਆਖਰੀ ਲੜ ਨੂੰ ਆਪਾਂ ਚਾਰ ਅਲੱਗ ਅਲੱਗ ਤਰੀਕਿਆਂ ਨਾਲ ਕਿਸ ਤਰੀਕੇ ਨਾਲ ਲਗਾ ਸਕਦੇ ਹੋ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ। ਸਭ ਤੋਂ ਪਹਿਲਾ ਲੜ ਆਪਾਂ ਜਿਹੜਾ ਲਗਾਉਣਾ ਹੈ ਕਲਗੀ ਵਾਲਾ ਲੜ ਲਗਾਵਾਂਗੇ, ਨੋਰਮਲ ਕਲਗੀ ਵਾਲਾ ਲੜ। ਸਭ ਤੋਂ ਪਹਿਲਾਂ ਆਪਾਂ ਲੜ ਨੂੰ ਚੰਗੀ ਤਰ੍ਹਾਂ ਖੋਲ੍ਹ ਲੈਣਾ, ਹਾਫ ਥੱਲੋਂ ਫੋਲਡ ਕਰਕੇ ਹਾਫ ਉੱਪਰੋਂ ਫੋਲਡ ਕਰਕੇ ਲੜ ਨੂੰ ਲਗਾ ਦੇਣਾ ਜਿਵੇਂ ਆਪਾਂ ਵੀਡੀਓ ਦੇ ਵਿੱਚ ਕਰ ਰਹੇ ਹਾਂ। ਬਾਅਦ ਦੇ ਵਿੱਚ ਲੜ ਨੂੰ ਚੰਗੀ ਤਰ੍ਹਾਂ ਪਲੇਨ ਕਰ ਦੇਣਾ, ਬਿਲਕੁਲ ਸਾਫ਼, ਜੇ ਇਹ ਬਿਲਕੁਲ ਸਾਫ਼ ਕਰਕੇ ਫਰੰਟ 'ਤੇ ਲਿਆ ਕੇ ਜਿਹੜਾ ਆਪਾਂ ਨੱਕ ਦੀ ਬਿਲਕੁਲ ਸਹੀ 'ਚ ਦੇਖਣਾ ਹੈ ਚੰਗੀ ਤਰ੍ਹਾਂ। ਪਹਿਲਾਂ ਤਾਂ ਸਾਫ਼ ਕਰਨਾ, ਹਲਕੀ ਜਿਹੀ ਖਿੱਚ ਦੇ ਕੇ ਲੜ ਨੂੰ, ਬਿਲਕੁਲ ਨੱਕ ਦੀ ਸੀਧ ਤੋਂ ਥੋੜ੍ਹਾ ਜਿਹਾ ਆਪਾਂ ਹਲਕਾ ਜਿਹਾ ਅਗਲੇ ਸਾਈਡ ਨੂੰ ਨਾ ਆਪਾਂ ਲੜ ਨੂੰ ਲੈਫਟ ਟੂ ਰਾਈਟ ਸਾਈਡ ਅੰਦਰਲੀ ਸਾਈਡ ਨੂੰ ਆਪਾਂ ਲੜ ਨੂੰ ਟਵਿਸਟ ਕਰਨਾ ਹੈ। ਦੋਵੇਂ ਲੜਾਂ ਦੇ ਵਿਚਾਲੇ ਆਪਾਂ ਪਹਿਲਾਂ ਬਾਜ਼ ਮਾਰਾਂਗੇ ਤਾਂ ਕਿ ਜਿਹੜੇ ਵੱਟ ਵਗੈਰਾ ਨੇ ਉਹ ਨਿਕਲ ਜਾਣ ਚੰਗੀ ਤਰ੍ਹਾਂ। ਲੜ ਜਦੋਂ ਤੱਕ ਆਪਾਂ ਪਲੇਨ ਨਹੀਂ ਹੁੰਦਾ ਬਿਲਕੁਲ ਸਾਫ਼ ਕਰ ਲਿਓ ਲੜ ਨੂੰ, ਅੱਖ 'ਤੇ ਕਵਰ ਕਰਕੇ। ਥੋੜ੍ਹੇ ਅੱਖ ਦੇ ਉੱਤੇ ਆਪਾਂ ਜ਼ਿਆਦਾ ਲਿਖਾਂਗੇ ਕਿਉਂਕਿ ਆਪਾਂ ਜਦੋਂ ਟਵਿਸਟ ਕਰਨਾ ਤਾਂ ਉਹ ਅੱਖ ਦੇ ਉੱਤੋਂ ਦੀ ਹਲਕਾ ਜਿਹਾ ਖਿਸਕ ਜਾਣਾ ਆਪੇ। ਦੇਖੋ ਲੈਫਟ ਟੂ ਰਾਈਟ ਸਾਈਡ ਅੰਦਰਲੀ ਸਾਈਡ ਨੂੰ ਲੜ ਨੂੰ ਟਵਿਸਟ ਕਰਕੇ ਹਲਕਾ ਜਿਹਾ ਆਪਾਂ ਟੇਢਾ ਲਗਾਵਾਂਗੇ, ਬਿਲਕੁਲ ਸਿੱਧੀ ਕਲਗੀ ਨਹੀਂ ਲਗਾਵਾਂਗੇ ਕਿਉਂਕਿ ਆਪਣੇ ਦਸਤਾਰ ਦੀ ਜਿਹੜੀ ਸ਼ੇਪ ਆ ਗੋਲ ਆ, ਆਪਾਂ ਸ਼ੇਪ ਦੇ ਅਕੋਰਡਿੰਗਲੀ ਲੜ ਲਗਾਉਣਾ। ਹਲਕਾ ਜਿਹਾ ਟਵਿਸਟ ਕੀਤਾ ਅਤੇ ਇਹ ਆਪਣੀ ਬਣ ਚੁੱਕੀ ਆ ਕਲਗੀ। ਹਲਕਾ ਜਿਹਾ ਦਸਤਾਰ ਨੂੰ ਦਬਾ ਕੇ ਫਰੰਟ ਸਾਈਡ ਤੋਂ ਗੋਲ ਜਿਹੀ ਸ਼ੇਪ ਦੇ ਕੇ ਇਹ ਆਪਣਾ ਲੱਗ ਚੁੱਕਿਆ ਕਲਗੀ ਵਾਲਾ ਲੜ। ਬਾਕੀ ਦਾ ਜਿਹੜਾ ਲੜ ਐਕਸਟਰਾ ਉੱਪਰ ਉੱਪਰਲੀ ਸਾਈਡ ਆਪਾਂ ਫਸਾ ਦੇਣਾ ਲੜ ਨੂੰ ਦਸਤਾਰ ਦੇ ਵਿੱਚ। ਇਹ ਆਪਣਾ ਲੱਗ ਚੁੱਕਿਆ ਬਿਲਕੁਲ ਪਹਿਲਾ ਲੜ ਕਲਗੀ ਵਾਲਾ, ਅਤੇ ਲੜ ਦੇ ਦੂਜੇ ਲੜ ਦੇ ਵਿਚਾਲੇ ਆਪਾਂ ਬਾਜ਼ ਮਾਰ ਦੇਣਾ ਤਾਂ ਕਿ ਜਿਹੜੇ ਵਿੱਚ ਵੱਟ ਵਗੈਰਾ ਨੇ ਸਾਫ਼ ਹੋ ਜਾਣ, ਪਲੇਨ ਹੋ ਜਾਵੇ ਦਸਤਾਰ। ਲਓ ਜੀ ਇਹ ਆਪਣਾ ਰੈਡੀ ਹੋ ਚੁੱਕਿਆ ਕਲਗੀ ਵਾਲਾ ਲੜ। ਚਾਰ ਅਲੱਗ ਅਲੱਗ ਤਰੀਕਿਆਂ ਨਾਲ ਲੜ ਲਗਾ ਕੇ ਦਿਖਾਵਾਂਗੇ, ਚਾਰੇ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ। ਸੋ ਅਲੱਗ ਅਲੱਗ ਤਰੀਕਿਆਂ ਦੇ ਲੜ ਸਿੱਖਣ ਲਈ ਵੀਡੀਓ ਨਾਲ ਐਂਡ ਤੱਕ ਬਣੇ ਰਹੋ, ਅਤੇ ਜੇ ਵੀਡੀਓ ਪਸੰਦ ਆਏਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਨਾ ਜ਼ਰੂਰੀ ਹੈ। ਪਿੰਨ ਲਗਾਤੀ ਆਪਾਂ ਇੱਥੇ ਲੜ ਮੋੜਿਆ ਤਾਂ ਕਿ ਲੜ ਜਿਹੜਾ ਬਾਅਦ ਦੇ ਵਿੱਚ ਹਿੱਲੇ ਨਾ। ਲਓ ਜੀ ਕਲਗੀ ਵਾਲਾ ਲੜ ਆਪਣਾ ਲੱਗ ਗਿਆ, ਉੱਪਰਲੀ ਸਾਈਡ 'ਤੇ ਆਪਾਂ ਲਗਾ ਦੇਣੀਆਂ ਨੇ ਪਿੰਨਾਂ ਤਾਂ ਕਿ ਲੜ ਖੁੱਲ੍ਹੇ ਨਾ। ਫਰੰਟ 'ਤੇ ਆਪਾਂ ਪਿੰਨ ਜਿੱਥੋਂ ਮੋੜਿਆ ਉੱਥੇ ਤਾਂ ਲਗਾਈਏ ਤਾਂ ਕਿ ਆਪਣਾ ਲੜ ਹਿੱਲੇ ਨਾ, ਅਤੇ ਉੱਪਰਲੀ ਸਾਈਡ ਵਾਲੀ ਪਿੰਨਾਂ ਤਾਂ ਲਗਾਈਆਂ ਨੇ ਤਾਂ ਕਿ ਆਪਣਾ ਲੜ ਖੁੱਲ੍ਹੇ ਨਾ। ਇਹ ਦੋਵੇਂ ਜਗ੍ਹਾ 'ਤੇ ਪਿੰਨਾਂ ਆਪਣੀਆਂ ਜ਼ਰੂਰੀ ਨੇ, ਆਪਣੀ ਦਸਤਾਰ ਦੀ ਪਕੜ ਵਧੀਆ ਬਣੀ ਰਹਿੰਦੀ ਹੈ ਪਿੰਨਾਂ ਨਾਲ। ਹਲਕੀ ਜਿਹੀ 50 ਸੈੱਟ ਕਰ ਦਿੰਦੇ, ਥੋੜ੍ਹੀ ਜਿਹੀ ਵੱਡੀ ਸੀਗੀ। ਲਓ ਜੀ ਲੜ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸੋ, ਅਤੇ ਤੁਹਾਨੂੰ ਚਾਰੋਂ ਲੜਾਂ ਦੇ ਵਿੱਚ ਕਿਹੜਾ ਲੜ ਵਧੀਆ ਲੱਗਦਾ ਇਹ ਵੀ ਆਪਣਾ ਕਮੈਂਟਾਂ ਦੇ ਵਿੱਚ ਦੱਸਿਓ। ਚਾਰ ਜਿਹੜੇ ਆਪਾਂ ਅਲੱਗ ਅਲੱਗ ਤਰੀਕਿਆਂ ਨਾਲ ਲੜ ਲਗਾਵਾਂਗੇ, ਇਹ ਚਾਰੇ ਤਰੀਕੇ ਇਸ ਟਾਈਮ ਟ੍ਰੈਂਡ ਦੇ ਵਿੱਚ ਨੇ, ਚਾਰੇ ਤਰੀਕਿਆਂ ਦੇ ਨਾਲ ਆਪਾਂ ਲੜ ਤੁਹਾਨੂੰ ਸਿਖਾਵਾਂਗੇ। ਇਹ ਆਪਣਾ ਪਹਿਲਾ ਲੜ ਕਲਗੀ ਵਾਲਾ ਲੜ। ਹੁਣ ਆਪਾਂ ਨੈਕਸਟ ਲੜ ਲਗਾਵਾਂਗੇ ਜਿਹੜਾ ਉਹ ਦੂਜਾ ਲੜ ਆ, ਦੂਜਾ ਲੜ ਆਪਾਂ ਲਗਾਵਾਂਗੇ ਬਿਲਕੁਲ ਸਿੱਧਾ ਲੜ, ਸੈਕਿੰਡ ਲੜ। ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਲੜ ਲਗਾਇਆ ਸੀ ਉਹੀ ਲੜੇ ਆਪਾਂ ਜ਼ਿਆਦਾ ਖੋਲ੍ਹਿਆ ਨਹੀਂ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਸੀ, ਉਹੀ ਸਾਫ਼ ਲੜ ਆਪਣਾ ਸਾਫ਼ ਕਰਨ ਦੀ ਦੁਬਾਰਾ ਜ਼ਰੂਰਤ ਨਹੀਂ। ਇਹਨੂੰ ਆਪਾਂ ਸਿੱਧਾ ਲੜ ਕਹਿੰਦੇ ਹਾਂ, ਜ਼ਿਆਦਾ ਚੌੜਾ ਨਹੀਂ, ਆਪਾਂ ਇੱਕ ਲੜ ਹੁੰਦਾ ਬਿਲਕੁਲ ਚੌੜਾ ਕਰਕੇ ਆਪਾਂ ਚੌੜੇ ਵਾਲਾ ਨਹੀਂ, ਆਪਾਂ ਬਰੀਕ ਵਾਲਾ ਲਗਾਵਾਂਗੇ। ਇਹ ਲੜ ਕੀਤਾ ਆਪਾਂ ਪਲੇਨ, ਫਰੰਟ ਸਾਈਡ ਤੋਂ ਹਲਕਾ ਜਿਹਾ ਲੜ ਨੂੰ ਇਕੱਠਾ ਕਰ ਦੇਣਾ। ਦੇਖੋ ਕਿਵੇਂ ਮੈਂ ਚੁੰਡੀ ਨਾਲ ਨਾ ਆਪਣੀ ਚੁੰਡੀ ਜਿਹੀ ਭਰ ਕੇ ਹਲਕਾ ਜਿਹਾ ਬਰੀਕ ਕਰਤਾ ਲੜ ਨੂੰ, ਦੇਖੋ ਚੌੜਾ, ਇਹਨੂੰ ਆਪਾਂ ਭਰਾਂਗੇ ਚੁੰਡੀ। ਇਹ ਕਰ ਲਿਆ ਕੱਪੜੇ ਨੂੰ ਇਕੱਠਾ, ਅਤੇ ਨੱਕ ਦੀ ਸਿੱਧੇ ਬਿਲਕੁਲ ਉੱਪਰ ਜੇ ਲਿਜਾ ਕੇ ਆਪਾਂ ਲੜ ਨੂੰ ਹਲਕਾ ਜਿਹਾ ਪਹਿਲਾਂ ਜਿਹੜੀ ਲੜ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਫਸਾ ਕੇ ਲੜ ਨੂੰ ਬਰੀਕ ਕਰ ਦੇਣਾ।
ਇਹ ਆ ਲੱਗ ਗਿਆ ਲੜ ਸਿੱਧਾ ਬਾਜ ਨਾਲ ਸੈੱਟ ਕਰਨਾ ਜੇ ਢਿੱਲਾ ਮੱਠਾ ਇਹ ਆ ਲੱਗ ਗਿਆ ਆਪਣਾ ਲੜ ਬਿਲਕੁਲ ਪਰਫੈਕਟ ਇਹਦੇ ਵਿੱਚ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਜਿਹੜਾ ਬਾਕੀ ਦਾ ਕੱਪੜਾ ਉੱਪਰਲੀ ਸਾਈਡ ਫਸਾ ਦੇਣਾ ਅਤੇ ਉੱਪਰ ਪਿੰਨਾਂ ਜ਼ਰੂਰ ਲਗਾਉਣੀਆਂ ਨੇ ਬਾਅਦ ਦੇ ਵਿੱਚ ਇਹ ਆਪਣਾ ਲੱਗ ਚੁੱਕਿਆ ਸਿੱਧਾ ਲੜ ਬਾਜ ਜਿਵੇਂ ਪਹਿਲਾਂ ਪਹਿਲੀ ਲੜ 'ਚ ਮਾਰਿਆ ਸੀਗਾ ਪਹਿਲਾਂ ਜਦੋਂ ਆਪਾਂ ਗਲਗੀਆਂ ਲਗਾ ਰਹੇ ਸੀਗੇ ਦੋਵਾਂ ਲੜਾਂ ਦੇ ਵਿਚਾਲੇ ਬਾਜ ਜ਼ਰੂਰ ਮਾਰ ਲਿਆ ਕਰੋ ਇਹਦੇ ਨਾਲ ਜਿਹੜੇ ਆਪਣੇ ਲੜ ਦੇ ਵਿਚਾਲੇ ਵੱਟ ਪੈ ਜਾਂਦੇ ਨੇ ਨਾ ਉਹ ਕਲੀਅਰ ਹੋ ਜਾਂਦੇ ਨੇ ਇਹ ਲੱਗ ਗਿਆ ਆਪਣਾ ਦੂਜਾ ਲੜ ਦੂਜੇ ਤਰੀਕੇ ਨਾਲ ਸਿੱਧਾ ਲੜ ਹੁਣ ਨੈਕਸਟ ਲੜ ਤੀਜਾ ਸਟਾਈਲ ਇਹ ਆਪਾਂ ਲਗਾਵਾਂਗੇ ਪੁੱਠਾ ਕਰਕੇ ਪੁੱਠਾ ਘੁਮਾ ਕੇ ਅੱਜ ਕੱਲ੍ਹ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਲੜ ਪੁੱਠਾ ਘੁਮਾਇਆ ਹੁੰਦਾ ਵੀਰਾਂ ਨੇ ਜਿਵੇਂ ਆਪਾਂ ਨੋਰਮਲ ਸਿੱਧੀ ਕਲਗੀ ਲਾਉਂਦੇ ਹਾਂ ਨਾ ਅੰਦਰਲੀ ਸਾਈਡ ਨੂੰ ਮੋੜਦੇ ਹਾਂ ਲੈਫਟ ਟੂ ਰਾਈਟ ਇਹਦੇ ਵਿੱਚ ਆਪਾਂ ਲੜਨ ਨੂੰ ਨਾ ਲੈਫਟ ਟੂ ਰਾਈਟ ਹੀ ਮੋੜਨਾ ਪਰ ਬਾਹਰਲੀ ਸਾਈਡ ਤੋਂ ਮੋੜਨਾ ਦੇਖੋ ਇਹ ਆਪਾਂ ਬਾਹਰਲੀ ਸਾਈਡ ਤੋਂ ਮੋੜਿਆ ਪੁੱਠਾ ਲੜ ਲੱਗਦਾ ਜਿਵੇਂ ਦੇਖਣ 'ਚ ਕਲਗੀ ਆਪਣਾ ਸਿੱਧਾ ਨੋਰਮਲ ਆਪਾਂ ਨੂੰ ਆਦਤ ਬਣੀ ਹੋਈ ਹੈ ਨਾ ਇਹ ਉਹ ਪੁੱਠਾ ਲੱਗਦਾ ਬਾਹਰਲੀ ਸਾਈਡ ਨੂੰ ਲੜ ਘੁੰਮਦਾ ਉਹਦੇ ਵਿੱਚ ਆਪਾਂ ਅੰਦਰ ਨੂੰ ਘੁਮਾਉਂਦੇ ਹਾਂ ਘੁਮਾਉਣਾ ਲੈਫਟ ਟੂ ਰਾਈਟ ਹੀ ਹੈ ਬਟ ਬਾਹਰਲੀ ਸਾਈਡ ਤੋਂ ਘੁਮਾਉਣਾ ਲਓ ਜੀ ਇਹ ਆਪਾਂ ਘੁਮਾਤਾ ਲੜ ਅਤੇ ਉੱਪਰੋਂ ਆਪਾਂ ਵੀ ਸ਼ੇਪ ਫਿਰ ਉਸੇ ਤਰੀਕੇ ਨਾਲ ਜਿਵੇਂ ਕਲਗੀ ਦੀ ਹੁੰਦੀ ਆ ਉਹ ਸ਼ੇਪ ਦੇ ਦੇਣੀ ਆ ਬਿਲਕੁਲ ਪਰਫੈਕਟ ਲਓ ਜੀ ਇਹ ਆਪਣਾ ਲੱਗ ਚੁੱਕਿਆ ਤੀਜੇ ਸਟਾਈਲ ਦਾ ਲੜ ਤੀਜਾ ਤਰੀਕਾ ਅੱਜ ਕੱਲ੍ਹ ਇਹ ਬਹੁਤ ਪਸੰਦ ਕਰਦੇ ਨੇ ਵੀਰ ਲਗਾਉਣਾ ਲੜ ਜਿਨ੍ਹਾਂ ਨੂੰ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਇੱਕ ਜਿਹੜਾ ਅਗਲਾ ਲੜ ਲਗਾਉਂਗੇ ਚੌਥਾ ਉਹ ਵੀ ਬਹੁਤ ਟ੍ਰੈਂਡ ਦੇ ਵਿੱਚ ਆ ਉਹ ਵੀ ਕਾਫੀ ਵੀਰਾਂ ਨੇ ਲਗਾਇਆ ਹੁੰਦਾ ਆਪਣੇ ਨਾ ਬੱਤੀ ਜੀ ਬਣਾ ਕੇ ਮਤਲਬ ਕਿ ਲੜ ਨੂੰ ਸਿੱਧੇ ਗੇੜੇ ਦੇ ਕੇ ਦੋ ਚਾਰ ਉਹ ਉੱਦਾਂ ਲਗਾਇਆ ਹੁੰਦਾ ਇਹ ਆਪਣਾ ਪੁੱਠਾ ਲੜ ਲੱਗਿਆ ਉੱਪਰਲੀ ਸਾਈਡ ਪਿੰਨਾਂ ਜ਼ਰੂਰ ਲਗਾਉਣੀਆਂ ਨੇ ਮੈਂ ਲਗਾ ਰਿਹਾ ਜਾਂ ਨਹੀਂ ਲਗਾ ਰਿਹਾ ਕੋਈ ਚੱਕਰ ਨਹੀਂ ਪਰ ਤੁਸੀਂ ਪਿੰਨਾਂ ਜ਼ਰੂਰ ਲਗਾਉਣੀਆਂ ਨੇ ਉੱਪਰਲੀ ਸਾਈਡ ਲਓ ਜੀ ਇਹ ਤੀਜਾ ਸਟਾਈਲ ਹੋ ਗਿਆ ਆਪਣਾ ਹੁਣ ਆਪਣਾ ਆ ਗਿਆ ਚੌਥਾ ਸਟਾਈਲ ਜਿਵੇਂ ਬੱਤੀ ਜੀ ਬਣਾ ਕੇ ਲਗੜ ਨੂੰ ਲਗਾਇਆ ਹੁੰਦਾ ਵੀਰਾਂ ਨੇ ਤੁਸੀਂ ਦੇਖਿਆ ਹੋਣਾ ਨਾ ਦੋ ਚਾਰ ਗੇੜੇ ਦੇ ਕੇ ਬਟ ਆਪਾਂ ਜ਼ਿਆਦਾ ਗੇੜੇ ਨਹੀਂ ਆਪਾਂ ਸਿਰਫ ਦੋ ਗੇੜੇ ਦੇਵਾਂਗੇ ਜ਼ਿਆਦਾ ਔਡ ਜੇ ਲੱਗਦੇ ਨੇ ਗੇੜੇ ਦਿੱਤੇ ਇਹ ਆਪਾਂ ਅੰਦਰਲੀ ਸਾਈਡ ਨੂੰ ਦੇਣੇ ਨੇ ਗਲਤੀ ਨਾਲ ਮੈਂ ਬਾਹਰਲੀ ਸਾਈਡ ਨੂੰ ਦੇ ਰਹੇ ਸੀਗੇ ਅੰਦਰਲੀ ਸਾਈਡ ਨੂੰ ਆਪਾਂ ਇੱਕ ਗੇੜਾ ਦਿੱਤਾ ਬਿਲਕੁਲ ਸਟਾਰਟਿੰਗ 'ਚ ਇਹ ਆ ਦੂਜਾ ਗੇੜਾ ਬਸ ਜ਼ਿਆਦਾ ਨਹੀਂ ਦੈਟਸ ਇਟ ਦੋ ਗੇੜੇ ਇਹਦੇ ਨਾਲ ਆਪਣਾ ਪ੍ਰੋਪਰ ਬਸ ਬੱਤੀ ਜੀ ਬਣ ਜਾਂਦੀ ਹੈ ਲੜਦੇ ਜ਼ਿਆਦਾ ਗੇੜੇ ਦਿਉਂਗੇ ਤਾਂ ਉਹ ਜ਼ਿਆਦਾ ਬਰੀਕ ਜੀ ਬੱਤੀ ਹੋ ਜਾਂਦੀ ਉਹ ਭੈੜੀ ਬਹੁਤ ਲੱਗਦੀ ਆ ਇਹ ਇੰਨੇ ਕੁ ਦੋ ਗੇੜੇ ਆਪਣੇ ਬਹੁਤ ਨੇ ਇੱਕ ਗੇੜਾ ਸੈੱਟ ਕੀਤਾ ਦੋ ਲਓ ਜੀ ਕਿਤੇ ਲਓ ਜੀ ਇਹ ਆਪਣਾ ਲੱਗ ਗਿਆ ਬੱਤੀ ਵੀਰ ਆਪਣੇ ਬੱਤੀ ਵਾਲਾ ਲੜੀ ਕਹੀ ਜਾਂਦੇ ਨੇ ਉਹਨੂੰ ਬੱਤੀ ਜੀ ਬਣਾ ਕੇ ਲੜਦੇ ਹੀ ਲਗਾਉਣਾ ਕਹਿੰਦੇ ਪਤਾ ਨਹੀਂ ਕੀ ਨੇ ਬਟ ਟ੍ਰੈਂਡ ਦੇ ਵਿੱਚ ਆ ਸੋ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਤਾ ਕਿਸ ਤਰੀਕੇ ਨਾਲ ਲਗਾਉਣਾ ਲਓ ਜੀ ਆਪਣਾ ਚੌਥਾ ਲੜ ਲੱਗ ਗਿਆ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਜ਼ਰੂਰ ਕਰਨਾ ਤੁਹਾਨੂੰ ਚਾਰਾਂ ਦੇ ਵਿੱਚੋਂ ਕਿਹੜਾ ਲੜ ਵਧੀਆ ਲੱਗਿਆ ਸੋ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।